ਪਿਛਲੇ 3-4 ਸਾਲਾਂ ਤੋਂ ਮੈਂ ਲਗਾਤਾਰ ਬੱਚਿਆਂ ਦੀ ਫੀਸਾਂ ਦੇ ਚੈੱਕ ਦੇਣ ਲਈ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਲੋਂ ਇੱਥੇ ਆਉਂਦੀ ਰਹਿੰਦੀ ਹਾਂ। ਇੱਕੀ ਵਾਰੀ ਵੀ ਮੈਂ ਹੁਣ 27 ਬੱਚਿਆਂ ਦਾ 2,17,000 ਦਾ ਚੈੱਕ ਲੈ ਕੇ ਤੁਹਾਡੇ ਕਾਲਜ ਦੇ ਵਿੱਚ ਆਈ ਹਾਂ। ਇਸ ਟਰੱਸਟ ਦੇ ਨਾਲ ਤੁਹਾਡਾ ਕਾਲਜ 2021 ਤੋਂ 2020-21 ਦੇ ਸੈਸ਼ਨ ਤੋਂ ਜੁੜਿਆ ਹੋਇਆ। ਪਿੱਛੇ ਵੀ ਅਸੀਂ ਲਗਭਗ 7,40,000 ਦੇ ਕਰੀਬ ਜਿਹੜੇ ਬੱਚਿਆਂ ਦੀ ਸਕੋਲਰਸ਼ਿਪ ਅਸੀਂ ਦੇ ਚੁੱਕੇ ਹਾਂ ਅਤੇ ਹੁਣ ਵੀ 2,17,000 ਦਾ ਚੈੱਕ ਮੈਂ 27 ਬੱਚਿਆਂ ਲਈ ਲੈ ਕੇ ਆਈ ਹਾਂ। ਇਹ ਟਰੱਸਟ ਜਿਹੜਾ ਹੈਗਾ ਇਹਦੇ ਵਿੱਚ ਸਿਰਫ ਇੱਕ ਹੀ ਬੰਦੇ ਦਾ ਪੈਸਾ ਜਿਹੜਾ ਹੈਗਾ ਉਹ ਲੱਗਦਾ ਹੈ, ਉਹ ਹੈਗੇ ਆ ਡਾਕਟਰ ਐਸ ਪੀ ਸਿੰਘ ਰਾਏ। ਉਹ ਆਪਣੀ ਕਮਾਈ ਦਾ 98% ਹਿੱਸਾ ਇਸ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਲਗਾਉਂਦੇ ਆ, ਸਿਰਫ 2% ਹਿੱਸਾ ਜਿਹੜਾ ਹੈਗਾ ਉਹ ਆਪਣੇ ਲਈ ਰੱਖਦੇ ਆ। ਸੋ ਹਰ ਇੱਕ ਫੀਲਡ ਪੰਜਾਬ ਦਾ ਜਾਂ ਗਰੀਬ ਬੰਦੇ ਦਾ ਜਿੱਥੇ ਵੀ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੈ ਉੱਥੇ ਟਰੱਸਟ ਹਰ ਵੇਲੇ ਤਤਪਰ ਰਹਿੰਦਾ, ਹਰ ਵੇਲੇ ਤਿਆਰ ਰਹਿੰਦਾ ਉਸਦੀ ਮਦਦ ਕਰਨ ਵਾਸਤੇ। ਸੋ ਮੇਨਲੀ ਬੇਟਾ 2 ਸਟ੍ਰੀਮ ਜਿਹੜੀਆਂ ਹੈਗੀਆਂ, ਐਜੂਕੇਸ਼ਨ ਅਤੇ ਹੈਲਥ, ਜਿਹਦੇ ਵਾਸਤੇ ਉੱਤੇ ਸਾਰਾ ਕੁਛ ਕੰਟਰੀ 'ਤੇ ਨਿਰਭਰ ਕਰਦਾ। ਉਹੀ ਦੋਹੇ ਸਟ੍ਰੀਮ ਜਿਹੜੀਆਂ ਹੈਗੀਆਂ ਉਹ ਇਸ ਟਰੱਸਟ ਨੇ ਅਡੋਪਟ ਕੀਤੀਆਂ ਹੋਈਆਂ ਨੇ। ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਫੀਸਾਂ ਦੀ ਲੋੜ ਹੁੰਦੀ ਹੈ ਤਾਂ ਉਹ ਵਿੱਚ ਬੱਚਿਆਂ ਨੂੰ ਫੀਸਾਂ ਦਿੱਤੀਆਂ ਜਾਂਦੀਆਂ, ਪਰ ਉੱਥੇ 2 ਕੰਡੀਸ਼ਨਸ ਲਗਾਈਆਂ ਗਈਆਂ ਕਿ ਇੰਟੈਲੀਜੈਂਟ ਬੱਚੇ ਜਿਨ੍ਹਾਂ ਦੇ ਨੰਬਰ 80% ਤੋਂ ਉੱਪਰ ਹੋਣ ਉਹਨਾਂ ਬੱਚਿਆਂ ਨੂੰ ਫੀਸ ਦਿੱਤੀ ਜਾਂਦੀ ਹੈ। ਜਿਹੜੇ ਪੇਰੈਂਟਲੈਸ ਬੱਚੇ ਨੇ ਉਹਨਾਂ ਵਾਸਤੇ ਕੋਈ ਕੰਡੀਸ਼ਨ ਨਹੀਂ ਹੈਗੀ ਹੈ ਕਿ ਉਹ ਬੱਚੇ ਜਿਹੜੇ ਹੈਗੇ ਕਲਾਸ ਦੇ ਵਿੱਚੋਂ ਪਾਸ ਹੋਣੇ, ਠੀਕ ਹੈ। ਪਰ ਇੱਕ ਕੰਡੀਸ਼ਨ ਹੈ ਕਿ ਇੱਥੇ ਫੀਸ ਜਿਹੜੀ ਹੈ ਕਦੇ ਪੂਰੀ ਥੋੜ੍ਹੀ ਫੀਸ ਦਿੱਤੀ ਜਾਂਦੀ ਹੈ, ਕਿਉਂਕਿ ਕੁਛ ਬੱਚਾ ਆਪਣੇ ਕੋਲੋਂ ਪਾਵੇ ਤਾਂ ਕਿ ਉਹਨੂੰ ਥੋੜ੍ਹਾ ਜਿਹਾ ਦਰਦ ਹੋਵੇ ਵੀ ਮੈਂ ਫੀਸ ਪਾਈ ਹੈ ਤਾਂ ਚੰਗੀ ਤਰ੍ਹਾਂ ਪੜ੍ਹ ਸਕੇ। ਥੋੜ੍ਹੀ ਫੀਸ ਉਹ ਆਪਣੇ ਕੋਲੋਂ ਪਾਉਂਦੇ ਹਨ ਤਾਂ ਕਿ ਉਹਨੂੰ ਪਤਾ ਲੱਗੇ ਵੀ ਮੈਨੂੰ ਫੀਸ ਮਿਲੀ ਹੈ, ਅਗਲੀ ਵਾਰੀ ਵੀ ਮੈਨੂੰ ਫੀਸ ਮਿਲੂਗੀ ਤਾਂ ਉਹ ਬੜੀ ਮਿਹਨਤ ਕਰਕੇ ਆਪਣੀ ਕਲਾਸ ਦੇ ਵਿੱਚੋਂ ਇਸ ਫੀਸ ਦਾ ਵਧੀਆ ਤਰ੍ਹਾਂ ਇਸਤੇਮਾਲ ਕਰਕੇ ਵਧੀਆ ਤਰ੍ਹਾਂ ਪੜ੍ਹ ਕੇ ਆਪਣੇ ਨੰਬਰ ਲੈ ਕੇ ਇਸ ਤਰ੍ਹਾਂ ਦੇ ਕਾਬਲ ਆਪਣੇ ਆਪ ਨੂੰ ਬਣਾ ਕੇ ਤੁਸੀਂ ਵੀ ਇਸ ਫੀਲਡ ਦੇ ਵਿੱਚ ਜਿੰਨੀ ਵੀ ਤੁਹਾਡੀ ਕੰਟਰੀਬਿਊਸ਼ਨ ਹੋ ਸਕੇ ਇਸ ਫੀਲਡ ਦੇ ਵਿੱਚ ਥੋੜ੍ਹੀ ਮੋਟੀ ਕੰਟਰੀਬਿਊਸ਼ਨ ਤੁਸੀਂ ਵੀ ਪਾਉਣ ਦੇ ਕਾਬਲ ਹੋ ਸਕੋ। ਇਹ ਜੋ ਟਰੱਸਟ ਹੈ ਨਾ, ਇਸ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਹੁੰਦੀ ਹੈ ਉਹ ਜਾਂ ਤਾਂ ਤੁਹਾਡੀ ਬੈਂਕ ਟ੍ਰਾਂਸਫਰ ਹੁੰਦੀ ਹੈ ਜਾਂ ਥਰੂ ਚੈੱਕ ਹੁੰਦੀ ਹੈ, ਕਿਸੇ ਨੂੰ ਵੀ ਕੋਈ ਕੈਸ਼ ਨਹੀਂ ਦਿੱਤਾ ਜਾਂਦਾ, ਬਿਲਕੁਲ ਟ੍ਰਾਂਸਪੇਰੈਂਟ ਕੰਮ ਹੈ, ਕ੍ਰਿਸਟਲ ਕਲੀਅਰ। ਇੱਕ ਹੀ ਬੰਦੇ ਦੀ ਕਮਾਈ ਹੈ ਜਿਹੜੀ ਈਵਨ ਸਾਡੇ ਟਰੱਸਟ ਦੇ ਵਿੱਚ, ਸਾਡਾ ਟਰੱਸਟ ਦੇਖੋ ਅਵਰਾਏ ਸਾਹਿਬ ਨੇ ਬਣਾਇਆ, ਸਾਨੂੰ ਉਹਨਾਂ ਨੇ ਮੈਂਬਰ ਬਣਾਇਆ, ਅਸੀਂ ਕਹਿੰਦੇ ਸਾਡਾ ਟਰੱਸਟ। ਕੱਲ੍ਹ ਨੂੰ ਤੁਸੀਂ ਵੀ ਕਹੋਗੇ ਕਿ ਇਹ ਸਾਡਾ ਟਰੱਸਟ ਹੈ, ਅਸੀਂ ਇਸ ਟਰੱਸਟ ਦੇ ਨਾਲ ਜੁੜੇ ਹੋਏ ਹਾਂ। ਕੋਈ ਵੀ ਰਸੀਟ ਬੁੱਕ ਨਹੀਂ ਹੈ। ਕੋਈ ਬੰਦਾ ਕਹੇ ਕਿ ਅਗਰ ਅਸੀਂ ਕੈਸ਼ ਜਮ੍ਹਾਂ ਕਰਾਉਣਾ ਚਾਹੁੰਦੇ ਹਾਂ ਤੁਸੀਂ ਬੱਚਿਆਂ ਨੂੰ ਦੇ ਦਿਓ ਜਾਂ ਕਿਸੇ ਨੀਡੀ ਨੂੰ ਪਹੁੰਚਾ ਦਿਓ, ਸਾਡੇ ਕੋਲ ਕੋਈ ਰਸੀਟ ਬੁੱਕ ਨਹੀਂ, ਸਿਰਫ ਇੱਕ ਬੰਦੇ ਦੀ ਕਮਾਈ ਦੇ ਵਿੱਚੋਂ। ਔਰ ਇੰਨੀਆਂ ਕੁ ਸੇਵਾਵਾਂ ਚੱਲ ਰਹੀਆਂ ਨੇ ਕਿ ਤੁਸੀਂ ਕਿਸੇ ਸੇਵਾ ਦਾ ਨਾਮ ਲਓ ਉਸ ਦੇ ਵਿੱਚ ਹੀ ਇਹ ਟਰੱਸਟ ਤੁਹਾਨੂੰ ਉੱਥੇ ਖੜ੍ਹਾ ਮਿਲੇਗਾ। ਜੋ ਆਪਣੇ ਡਾਂਸ ਡਰਾਮਾ ਜਾਂ ਈਵਨ ਪਿੱਛੇ ਜਿਹੇ ਸਾਡੇ ਕੋਲ ਇੱਕ ਬੋਲੀਵੁੱਡ ਨੂੰ ਆਪਾਂ ਦੇਖਦੇ ਹਾਂ ਵੀ ਬੜੇ ਪੈਸੇ ਉਹਨਾਂ ਕੋਲ, ਸਾਡੇ ਕੋਲ ਉਹਨਾਂ ਕੋਲੋਂ ਰਿਕੁਐਸਟ ਆਈ ਕਿ ਸਾਡੇ ਕੁਛ ਐਸੇ ਆਰਟਿਸਟ ਨੇ ਜਿਹੜੇ ਈਵਨ ਆਪਣਾ ਇਲਾਜ ਨਹੀਂ ਕਰਵਾ ਸਕਦੇ, ਹੈਂਡ ਟੂ ਮਾਊਥ ਵੀ ਨਹੀਂ ਆ। 10 ਕਲਾਕਾਰ ਐਸੇ ਨੇ ਜਿਹੜੇ ਕਿਸੇ ਟਾਈਮ 'ਤੇ ਉਹਨਾਂ ਦਾ ਪੂਰਾ ਬੋਲੀਵੁੱਡ ਦੇ ਵਿੱਚ ਨਾਮ ਸੀ, ਅੱਜ ਉਹਨਾਂ ਦੇ ਕੋਲ ਕੁਛ ਨਹੀਂ ਹੈ। ਅਸੀਂ ਉਹ 10 ਆਰਟਿਸਟ ਨੂੰ 5,000 ਪਰ ਮੰਥ ਦੇ ਹਿਸਾਬ ਨਾਲ ਉਹਨਾਂ ਦੀ ਅਸਿਸਟੈਂਸ ਜਾ ਰਹੀ ਹੈ। ਸੋ ਇਹ ਹਰ ਇੱਕ ਫੀਲਡ ਦੇ ਵਿੱਚ ਇਹ ਸੰਸਥਾ ਹੈਗੀ ਜੁੜੀ ਹੋਈ ਹੈ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਦੋਂ 2020-21 'ਚ
ਕਰੋਨਾ ਦੇ ਟਾਈਮ ਸਾਡੇ ਕੋਲ ਪਹੁੰਚੇ, ਲੈਬੋਰਟਰੀ ਦਾ ਉਦਘਾਟਨ ਸੀ, ਮੈਨੂੰ ਬੁਲਾਇਆ ਗਿਆ ਕਿ ਸਰ ਆ ਰਹੇ ਆ, ਤੁਸੀਂ ਜ਼ਰੂਰ ਆਓ। ਮੈਂ ਜਦੋਂ ਇੱਥੇ ਪਹੁੰਚੀ ਤਾਂ ਸਰ ਨੇ ਦੱਸਿਆ, ਆਪਣੀਆਂ ਪ੍ਰੋਬਲਮਸ ਦੱਸੀਆਂ। ਬੱਚੇ ਉਸ ਟਾਈਮ ਇਹ ਪੋਜੀਸ਼ਨ ਸੀ ਕਿ ਤੁਹਾਡੇ ਪੇਰੈਂਟਸ ਦੀ ਜੋਬ ਜਾ ਚੁੱਕੀ ਸੀ ਅਤੇ ਸਾਨੂੰ ਇਹ ਸੀ ਕਿ ਸਾਡਾ ਕਾਲਜ ਖਤਮ ਹੋ ਜਾਣਾ ਅਗਰ ਤੁਹਾਨੂੰ ਪੇਰੈਂਟਸ ਨੇ ਪੜ੍ਹਾਉਣ ਤੋਂ ਬੰਦ ਕਰ ਦਿੱਤਾ। ਤਾਂ ਮੈਂ ਸਰ ਨੂੰ ਰਿਕੁਐਸਟ ਕੀਤੀ ਤਾਂ ਸਰ ਕਹਿੰਦੇ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਮੈਰਿਟ ਬੇਸ 'ਤੇ, ਅਤੇ ਮੈਂ ਫਾਦਰਲੈਸ ਬੱਚਿਆਂ ਦੇ, ਉਹਨਾਂ ਦੇ ਫੋਰਮ ਫਿਲ ਕਰਵਾ ਦਿਉ, ਤੁਹਾਨੂੰ ਜੋ ਬਣਦਾ ਉਹ ਤੁਹਾਨੂੰ ਮੈਂ ਦਊਂਗਾ। ਫਿਰ ਉਸ ਤੋਂ ਬਾਅਦ ਉਹ ਮੈਨੂੰ ਮੈਮ ਡਾਕਟਰ ਇੰਦਰਜੀਤ ਕੌਰ ਗਿੱਲ ਉਹਨਾਂ ਦਾ ਨੰਬਰ ਦੇ ਕੇ ਗਏ ਕਿ ਤੁਸੀਂ ਮੈਮ ਨੂੰ ਸਿੱਧਾ ਹੀ ਕੰਟੈਕਟ ਕਰ ਲਓ, ਅਤੇ ਮੈਮ ਨੇ ਅੱਜ ਤੱਕ ਮੈਨੂੰ ਕਦੇ ਵੀ ਮਨ੍ਹਾ ਨਹੀਂ ਕੀਤਾ। ਅਤੇ ਮੈਂ ਸਭ ਤੋਂ ਜ਼ਿਆਦਾ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਦਾ ਰਿਣੀ ਹਾਂ, ਉਸ ਤੋਂ ਬਾਅਦ ਮੈਮ ਡਾਕਟਰ ਇੰਦਰਜੀਤ ਕੌਰ ਗਿੱਲ, ਅਤੇ ਸਾਡੇ ਕੋਲ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਸੁਰਿੰਦਰ ਸਰ ਪਹੁੰਚੇ ਆ, ਉਹਨਾਂ ਦਾ ਧੰਨਵਾਦ ਕਰਦੀ ਹਾਂ। ਠੀਕ ਹੈ, ਅਤੇ ਜੋ ਇੰਨੀ ਮਿਹਨਤ ਦਾ ਸਰ ਤੁਹਾਨੂੰ ਪੈਸਾ ਦੇ ਰਿਹਾ ਉਹਦਾ ਤੁਸੀਂ ਪੂਰਾ ਮੋੜਨਾ ਹੈ ਕਿ ਪੜ੍ਹ ਕੇ ਆਪਣੇ ਵਧੀਆ ਨੰਬਰ ਲੈ ਕੇ ਮੈਰਿਟ 'ਚ ਆ ਕੇ ਦਿਖਾਓ। ਠੀਕ ਹੈ, ਮੈਂ ਇੱਕ ਵਾਰ ਫਿਰ ਤੋਂ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਦਾ, ਮੈਮ ਇੰਦਰਜੀਤ ਕੌਰ ਗਿੱਲ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ, ਅਤੇ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਮੈਮ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ ਅਤੇ ਸਾਡੇ ਬੱਚਿਆਂ ਦੀ ਹੈਲਪ ਕਰਦੇ ਰਹੋਗੇ। ਥੈਂਕ